हे फ्रेंड्स वेलकम टू एनटीए नेट एग्जाम ये चैनल मैं खास तौर पे पंजाबी दे स्टूडेंट ले बनाया जो एनटी एग्जाम दी तैयारी कर रहे ने ते इथे आके अपनी एग्जाम दी तैयारी कर सकदे ने इथे मैं तानो डिफरेंट टाइप दी वीडियो प्रोवाइड करवा रही हां सो तुस्सी मेरा चैनल नु सब्सक्राइब जरूर कर लो ਨਾਲ ਦੇ ਨਾਲ বেল ਆइकन नु जरूर दबा लो ताजे तानो नोटिफिकेशन मिलती रहे ਨਾਲ ਦੇ ਨਾਲ लाइक जरूर करो वीडियो नु शेयर जरूर करो कमेंट करके दसो किस तरह दी लगती पएने वीडियोस एंड जेडे पर्सन नु तुस्सी जानदे हो जो की इस तरह दे स्टडी मटेरियल दे ਨਾਲ ਲਿੱਟਡ ਹੈ ਕੁਝ ਵੀ ਲੱਭ ਰਹੇ ਨੇ ਤੇ ਉਹ ਉੱਥੇ ਆ ਕੇ ਮੈਨੂੰ ਫੋਲੋ ਕਰ ਸਕਦੇ ਨੇ ਐਂਡ ਤੁਸੀਂ ਅਨ ਅਕੈਡਮੀ ਤੇ ਜਾ ਕੇ ਵੀ ਫੋਲੋ ਕਰੋ ਉੱਥੇ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਮੇਰੇ ਕੋਰਸ ਪੰਜਾਬੀ ਦੇ ਐਂਡ ਹੁਣ ਮੈਂ ਆਪਣੀ ਈਮੇਲ ਆਈਡੀ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਡ੍ਰੌਪ ਕਰਨ ਜਾ ਰਹੀਆਂ ਉੱਥੇ ਵੀ ਮੈਂ ਤੁਹਾਨੂੰ ਲਿਖ ਰਹੀਆਂ ਕਿ ਅਗਰ ਕੁਝ ਵੀ ਤੁਹਾਨੂੰ ਪੁੱਛਣਾ ਹੋ ਕੁਝ ਵੀ ਕਹਿਣਾ ਹੋ ਤੁਸੀਂ ਡਾਇਰੈਕਟ ਈਮੇਲ ਕਰ ਸਕਦੇ ਹੋ ਮੈਨੂੰ ਐਂਡ ਉੱਥੇ ਪੁੱਛ ਸਕਦੇ ਹੋ ਮੇਰੇ ਕੋਲ ਜੋ ਵੀ ਪੁੱਛਣਾ ਹੈ ਜਾਨਕੀ ਜੋ ਇੰਟਰਸਟਿਡ ਹੈਗੇ ਨੇ ਗੱਲ ਕਰਨ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਤਾਂ ਤੁਸੀਂ ਉੱਥੇ ਮੈਨਾਂ ਗੱਲ ਕਰ ਸਕਦੇ ਹੋ ਈਮੇਲ ਆਈਡੀ ਤੇ ਸੋ ਅੱਜ ਅਸੀਂ ਟਾਪਿਕ ਕਰਨ ਜਾ ਰਹੇ ਹਾਂ ਖੋਜ ਅਤੇ ਖੋਜ ਤੇ ਆਲੋਚਨਾ ਦੇ ਵਿੱਚ ਅੰਤ ਸਭ ਤੋਂ ਪਹਿਲਾ ਹੈਗਾ ਵਾ ਖੋਜ ਖੋਜ ਕੀ ਹੁੰਦੀ ਹੈ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਇੰਗਲਿਸ਼ ਦੇ ਵਿੱਚ रिसर्च ਕਿੰਦੇ ਆ ਮਤਲਬ ਰਚਨਾਤਮਕ ਤੇ ਸਿਧਾਂਤਕ ਤੌਰ ਤੇ ਕੀਤਾ ਗਿਆ ਕੰਮ ਜੋ ਗਿਆਨ ਦਾ ਭੰਡਾਰ ਵਧਾਉਣ ਮਨੁੱਖਾ ਤੇ ਸੱਭਿਆਚਾਰਕ ਤੇ ਸਮਾਜ ਦੇ ਗਿਆਨ ਸਮੇਤ ਨਵੀਆਂ ਅਰਜ਼ੀਆਂ ਨੂੰ ਬਣਾਉਣ ਲਈ ਗਿਆਨ ਦੇ ਇਸ ਟੌਕਰ ਨੂੰ ਦੀ ਵਰਤੋਂ ਨੂੰ ਸ਼ਾਮਲ ਕਰਨ ਲਈ ਕੀਤੇ ਜਾਂਦੇ ਹਨ ਸੋ ਉਹਨਾਂ ਨੇ ਡਾਇਰੈਕਟ ਇਹ ਕਿਹਾ ਹੈ ਕਿ रिसर्च ਦਾ ਮਤਲਬ ਕੀ ਹੁੰਦਾ ਹੈ ਕਿ ਕੁਝ ਨਾ ਕੁਝ ਅਸੀਂ ਨੌਲੇਜ ਗ੍ਰੈਂਡ ਕਰਦੇ ਰਹਿਣਾ ਹੈ ਚਾਹੇ ਉਹ ਮਨੁੱਖ ਦੇ ਨਾਲ ਰਿਲੇਟਡ ਹੋਵੇ ਸੱਭਿਆਚਾਰ ਦੇ ਨਾਲ ਰਿਲੇਟਡ ਹੋਵੇ ਹਰ ਇੱਕ ਵੇ ਦੇ ਵਿੱਚ ਕਿਸੇ ਨਾ ਕਿਸੇ ਸਟਰੀਮ ਦੇ ਵਿੱਚ ਕੁਝ ਨਾ ਕੁਝ ਖੋਜ ਹੁੰਦੀ ਰਹਿੰਦੀ ਹੈ ਚਾਹੇ ਉਹ ਪੰਜਾਬੀ ਦੇ ਨਾਲ ਰਿਲੇਟਡ ਚਾਹੇ ਉਹ ਇੰਗਲਿਸ਼ ਦੇ ਨਾਲ ਹੋਵੇ ਚਾਹੇ ਹਿੰਦੀ ਦੇ ਨਾਲ ਹੋਵੇ ਕਿਉਂਕਿ ਅਗਰ ਕੁਝ ਨਾ ਕੁਝ ਸਾਨੂੰ ਲੱਭਦਾ ਰਹਿੰਦਾ ਉਸ ਦੇ ਨਾਲ ਕੀ ਹੁੰਦਾ ਹੈ ਸਾਨੂੰ ਕੁਝ ਨਾ ਕੁਝ ਗਿਆਨ ਜਿਹੜਾ ਹਾਸਲ ਹੁੰਦਾ ਰਹਿੰਦਾ ਹੈ ਠੀਕ ਹੈ ਇਹ ਤੱਥ ਸਥਾਪਿਤ ਕਰਨੇ ਜਦ ਪੁਸ਼ਟੀ ਕਰਨ ਲਈ ਵਰਤਿਆ ਜਾਂਦਾ ਹੈ ਕਿ ਪਿਛਲੇ ਕੰਮ ਦੇ ਨਤੀਜਿਆਂ ਨੂੰ ਮੁੜ ਪੁਸ਼ਟੀ ਕਰਦਾ ਹੈ ਤੇ ਨਵੇਂ ਜਾਂ ਮੌਜੂਦਾ ਸਮੱਸਿਆ ਨੂੰ ਹੱਲ ਕਰਦਾ ਹੈ ਤੇ ਨਵੇਂ ਸਿਧਾਂਤ ਵਿਕਸਿਤ ਕਰਦਾ ਹੈ ਕਿ ਖੋਜ ਕੀ ਹੁੰਦਾ ਹੈ ਜਿਸ ਜਿਵੇਂ ਅਸੀਂ ਕਿਹਾ ਰਿਸਰਚਿੰਗ ਯਾਨੀ ਕਿ ਫਿਰ ਤੋਂ ਰਿਸਰਚ ਕਰਨਾ ਉਹੀ ਆ ਗਿਆ ਕਿ ਜੋ ਸਾਡੇ ਕੋਲ ਪਿੱਛੇ ਖੋਜ ਹੋਈ ਹੈ ਉਸ ਨੂੰ ਦੁਬਾਰਾ ਖੋਜ ਕਰਨਾ ਨਵੇਂ ਸਿਧਾਂਤ ਬਣਾਉਣੇ ਕੁਝ ਨਾ ਕੁਝ ਐਡ ਕਰਦੇ ਰਹਿਣਾ ਉਹਨੂੰ ਅਸੀਂ ਖੋਜ ਕਿਹਾ ਹੈਗਾ ਵਾ ਇੱਕ ਖੋਜ ਪ੍ਰੋਜੈਕਟ ਖੇਤਰ ਵਿੱਚ ਪਿਛਲੇ ਕੰਮ ਤੇ ਇੱਕ ਵਿਸਤਾਰ ਹੋ ਸਕਦਾ ਹੈ ਖੋਜ ਪ੍ਰੋਜੈਕਟ ਕਿਸੇ ਵਿਸ਼ੇ ਤੇ ਹੋਰ ਗਿਆਨ ਵਿਕਸਿਤ ਕਰਨ ਲਈ ਜਾਂ ਇੱਕ ਸਕੂਲੀ ਪ੍ਰੋਜੈਕਟ ਦੀ ਮਿਸਾਲ ਵਿੱਚ ਵਿਕਸਿਤ ਕਰਨ ਦੇ ਲਈ ਵਰਤਿਆ ਜਾਂਦਾ ਹੈ ਕੀ ਇਹਨਾਂ ਨੇ ਇੱਥੇ ਕਿਹਾ ਹੈ ਕਿ ਖੋਜ ਜਿਹੜਾ ਹੈ ਗਵਾ ਕਿ ਜੋ ਕੰਮ ਹੋ ਰਿਹਾ ਹੈ ਉਸ ਦੇ ਵਿੱਚ ਇੱਕ ਵਿਸਥਾਰ ਉਸ ਨੂੰ ਉਸ ਨੂੰ ਵਧਾਉਣ ਦੇ ਲਈ ਜਾਂ ਫਿਰ ਕਿਸੇ ਵਿਸ਼ੇ ਤੇ ਜਾਂ ਫਿਰ ਤਾਂ ਸਕੂਲ ਦੇ ਵਿੱਚ ਇੱਕ ਪ੍ਰੋਜੈਕਟ ਵਗੈਰਾ ਦਿੱਤਾ ਜਾਂਦਾ ਹੈ ਉਸ ਨੂੰ ਅਸੀਂ ਇੱਕ ਮਿਸਾਲ ਦੇ ਤੌਰ ਤੇ ਲੈ ਲਾਂਗੇ ਕਿ ਤੁਹਾਨੂੰ ਕੋਈ ਟਾਪਿਕ ਦੇ ਦਿੱਤਾ ਗਿਆ ਹੈ ਤੇ ਤੁਹਾਨੂੰ ਕਿਹਾ ਜਾਂਦਾ ਹੈ ਇਸ ਦੇ ਉੱਤੇ ਤੁਸੀਂ ਕੁਝ ਲੱਭ ਕੇ ਲਿਆਓ ਕੁਝ ਇੰਟਰਸਟਿੰਗ ਇੱਕ ਅਸਾਈਨਮੈਂਟ ਜਾਂ ਪ੍ਰੋਜੈਕਟ ਜਿਸ ਨੂੰ ਅਸੀਂ ਕਹਿ ਦਿੰਨੇ ਆ ਸੋ ਇਹ ਕੀ ਹੁੰਦਾ ਹੈ ਇੱਕ ਖੋਜ ਦਾ ਇੱਕ ਕਹਿ ਲੋ ਐਗਜ਼ਾਮਪਲ ਹੁੰਦਾ ਹੈ ਕਿ ਅਗਰ ਕੁਝ ਅਸੀਂ ਇਸ ਤਰ੍ਹਾਂ ਦਾ ਲੱਭਦੇ ਹਾਂ ਜੋ ਕਿ ਕੁਝ ਡਿਫਰੈਂਟ ਹੋ ਜਾਂਦਾ ਹੈ ਉਹ ਸਾਡੇ ਫਿਊਚਰ ਵਿੱਚ ਜਿਵੇਂ ਹੁਣ ਅਸੀਂ NET JRF ਕਲੀਅਰ ਕਰਦੇ ਆ ਫਿਰ ਇਹ ਸਾਡੇ ਫਿਊਚਰ ਦੀ ਨੌਕਰੀ ਦੇ ਵਾਸਤੇ ਇਹ ਇੱਕ ਕਹਿ ਲੋ ਐਗਜ਼ਾਮਪਲ ਹੋ ਜਾਂਦੀ ਹੈ ਸੋ ਇਸ ਦੇ ਉੱਤੇ ਰਿਪੋਰਟ ਤਿਆਰ ਕੀਤੀਆਂ ਜਾਂਦੀਆਂ ਜੋ ਸਾਨੂੰ ਪ੍ਰੋਜੈਕਟ ਦਿੱਤੇ ਜਾਂਦੇ ਆ ਉਸ ਤੋਂ ਸਾਨੂੰ ਜੌਬ ਵੀ ਮਿਲ ਜਾਂਦੀ ਹੈ ਜਿਵੇਂ ਪੀ ਐਚ ਡੀ ਦੇ ਵਿੱਚ ਹੁੰਦਾ ਹੈ ਸੋ ਇਹ ਸਕੂਲੀ ਪ੍ਰੋਜੈਕਟ ਪੀ ਐਚ ਡੀ ਦੇ ਨਾਲ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਯੰਤਰਾ ਪ੍ਰਕਿਰਿਆਵਾਂ ਜਾਂ ਪ੍ਰਯੋਗਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਖੋਜ ਪ੍ਰੋਜੈਕਟ ਜਾਂ ਪ੍ਰੋਜੈਕਟ ਤੇ ਪੂਰੇ ਤੱਤ ਦੀ ਨਕਲ ਕਰ ਸਕਦੇ ਹਨ ਸੋ ਇਸ ਦੇ ਵਿੱਚ ਯੰਤਰ ਹੁੰਦੇ ਆ ਪ੍ਰਕਿਰਿਆਵਾਂ ਜਾਂ ਪ੍ਰਜੋਕਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਕਿ ਹੁਣ ਕਿਸੇ ਵੀ ਵੇ ਦੇ ਵਿੱਚ ਹੁਣ ਅਗਰ ਅਗਰ ਖੋਜ ਕਰਨੇ ਆ ਕੁਝ ਕਹੋ ਗੌਰਮੈਂਟ ਵੱਲੋਂ ਕੋਈ ਸਕੀਮ ਚਲਾਈ ਜਾਂਦੀ ਹੈ ਜਾਂ ਫਿਰ ਕੁਝ ਇਹੋ ਜਿਹੀ ਮੈਡੀਸਿਨ ਹੁੰਦੀ ਉਹਨਾਂ ਨੂੰ ਟੈਸਟ ਕਰਨ ਵਾਸਤੇ ਕਿਹਾ ਜਾਂਦਾ ਹੈ ਜਾਂ ਫਿਰ ਕੁਝ ਇਹ ਜਿਹੀ ਪ੍ਰਕਿਰਿਆਵਾਂ ਹੁੰਦੀਆਂ ਉਸ ਦੇ ਉੱਤੇ ਵੀ ਅਸੀਂ ਖੋਜ ਕਰਦੇ ਆ ਕਿ ਇਹਨਾਂ ਦਾ ਕੀ ਫਾਇਦਾ ਹੋ ਸਕਦਾ ਕੀ ਨੁਕਸਾਨ ਹੋ ਸਕਦਾ ਜਿਸ ਨੂੰ ਅਸੀਂ ਫਿਊਚਰ ਦੇ ਵਿੱਚ ਯੂਜ਼ ਕਰ ਸਕਦੇ ਆ ਬੁਨਿਆਦੀ ਖੋਜਾ ਦੇ ਪ੍ਰਮੁੱਖ ਉਦੇਸ਼ ਮਨੁੱਖੀ ਗਿਆਨ ਦੀ ਤਰੱਕੀ ਲਈ ਦਸਤਾਵੇਜ਼ਾਂ ਅਤੇ ਪ੍ਰਣਾਲੀਆਂ ਦੇ ਦਸਤਾਵੇਜ਼ਾਂ ਖੋਜ ਵਿਆਖਿਆਆਂ ਜਾਂ ਖੋਜ ਅਤੇ ਵਿਕਾਸ ਹਨ ਕਿ ਬੁਨਿਆਦੀ ਖੋਜ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ਕਿ ਗਿਆਨ ਵਧਾਉਂਦੇ ਰਹਿਣਾ ਤਰੱਕੀ ਕਰਦੇ ਰਹਿਣਾ ਹੈ ਅਗਰ ਗਵਰਨਮੈਂਟ ਵੱਲੋਂ ਸਕੀਮਾਂ ਚਲਾਈ ਜਾ ਰਹੀ ਹੈ ਅਗਰ ਉਹਨਾਂ ਦੇ ਉੱਤੇ ਖੋਜ ਕਰਨ ਨੂੰ ਦਿੱਤੀ ਹੈ ਤਾਂ ਇਸ ਦਾ ਮਤਲਬ ਕੀ ਹੈ ਕਿ ਇਸ ਇਸ ਤਰ੍ਹਾਂ ਖੋਜ ਕਰਨੀ ਹੈ ਕਿ ਸਾਨੂੰ ਫਿਊਚਰ ਦੇ ਵਿੱਚ ਇਸ ਦੇ ਉੱਤੇ ਤਰੱਕੀ ਹਾਸਲ ਹੋਵੇ ਕੁਝ ਫਿਰ ਉਸ ਦੇ ਉੱਤੇ ਸਾਨੂੰ ਡਾਕੂਮੈਂਟਸ ਵਗੈਰਾ ਇਸ ਤਰ੍ਹਾਂ ਦੇ ਬਣਾਉਣੇ ਪੈਂਦੇ ਨੇ ਜਿਸ ਦੇ ਵਿੱਚ ਇਸ ਚੀਜ਼ ਨੂੰ ਮੈਂਸ਼ਨ ਕੀਤਾ ਜਾਂਦਾ ਹੈ ਵਾਹਵਾ ਤਰੀਕੇ ਦੀ ਵਿਆਖਿਆ ਉੱਥੇ ਕੀਤੀ ਜਾਂਦੀ ਹੈ ਕਿ ਅਗਰ ਇਸ ਤਰ੍ਹਾਂ ਹੋਏਗਾ ਤੇ ਇਹ ਖੋਜ ਇਸ ਤਰ੍ਹਾਂ ਚੱਲੇਗੀ ਸੋ ਇਹ ਕੀ ਹੁੰਦਾ ਵਾ ਮੀਨ ਇਸ ਦਾ ਮੋਟੋ ਕੀ ਹੁੰਦਾ ਗਿਆਨ ਵਿਧਾਣਾ ਹੁਣ ਇਸ ਦਾ ਸਰੂਪ ਕੀ ਹੈਗਾ ਹੈ ਕਿ ਖੋਜ ਤੋਂ ਭਾਵ ਕਿਸੇ ਲੱਤ ਜਾਂ ਨਵੀਂ ਪੇਸ਼ਕਾਰੀ ਤੋਂ ਹੈ ਪੰਜਾਬ ਤੇ ਪੰਜਾਬੀ ਵਿੱਚ ਖੋਜ ਸ਼ਬਦ ਲਈ ਕਦੀ ਖੋਜੀ ਜਾਂ ਖੋਜੀ ਲਈ ਵਰਤਿਆ ਜਾਂਦਾ ਸੀ ਕਿ ਖੋਜ ਸ਼ਬਦ ਕਿਸ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀ ਜਾਂ ਤਾਂ ਖੋਜੀ ਜਾਂ ਖੋਜੇ ਲਈ ਕਿ ਕਿਸੇ ਚੀਜ਼ ਨੂੰ ਖੋਜਣਾ ਇਹ ਹੁੰਦਾ ਸੀ ਇਸ ਦੇ ਵਿੱਚ ਯੂਜ਼ ਕੀਤਾ ਜਾਂਦਾ ਰਿਸਰਚ ਦਾ ਬੱਚਾ ਡਿਫਾਈਨ ਹੋਇਆ ਹੈ ਕੋਈ ਜੀ ਚੋਰੀ ਹੁਣ ਸਬੰਧੀ ਜਦੋਂ ਚੋੜਦੀ ਪੈੜ ਚੱਲ ਜਾ ਉਸ ਨੂੰ ਲੱਭਣ ਵਾਸਤੇ ਕੀ ਹੁੰਦਾ ਸੀ ਉਸ ਨੂੰ ਖੋਜੀ ਕਿਹਾ ਜਾਂਦਾ ਸੀ ਜਿਹੜਾ ਉਸ ਨੂੰ ਲੱਭਦਾ ਸੀ ਅੱਜ ਕੱਲ ਖੋਜ ਸ਼ਬਦਨ ਲਈ ਨਵੀਂ ਜਾਣਕਾਰੀ ਤੇ ਨਵੇਂ ਗਿਆਨ ਤੇ ਰਚਨਾਤਮਕ ਸੰਕਲਪ ਵੱਜ ਵਰਤੇ ਜਾਂਦਾ ਹੈ ਕਿ ਕੁਝ ਨਾ ਕੁਝ ਨਵਾਂ ਲੱਭਣਾ ਇਸ ਦੇ ਵਜੇ ਹੁਣ ਰਿਸਰਚ ਸ਼ਬਦ ਯੂਜ਼ ਕੀਤੇ ਜਾਂਦਾ ਹੈ ਇਹ ਅੰਗਰੇਜ਼ੀ ਸ਼ਬਦ ਰਿਸਰਚ ਦਾ ਪ੍ਰਾਇ ਹੈ ਰਿਸਰਚ ਤੋਂ ਭਾ ਕੇ ਕਿਸੇ ਚੀਜ਼ ਦੀ ਨੀਡ ਨਾ ਮੁੱਢ ਤੋਂ ਜਾਂਚ ਨੂੰ ਹੈ ਖੋਜ ਬਹੁਪੱਖੀ ਵਰਤਾਰਾ ਹੈ ਇਸ ਵਿੱਚ ਨਵੇਂ ਸਰੋਤਾਂ ਤੱਥਾਂ ਆ ਤੱਤਾਂ ਦੀ ਭਾਲ ਕੀਤੀ ਜਾਂਦੀ ਹੈ ਕਿਸੇ ਕਿਤੇ ਕਿਸੇ ਵਿਸ਼ੇਸ਼ ਡੇਟਾ ਜਾਂ ਤੱਥਾਂ ਨੂੰ ਲੈ ਕੇ ਨਵੇਂ ਸਥਾਪਿਤ ਵੀ ਕੀਤੇ ਜਾਂਦੇ ਹਨ ਕਿ ਖੋਜ ਬਹੁਪੱਖੀ ਵਰਤਾਰਾ ਹੈ ਕਿ ਇਸ ਦੇ ਵਿੱਚ ਜਿਹੜਾ ਪੁਰਾਣਾ ਡਾਟਾ ਹੁੰਦਾ ਹੈ ਉਸ ਨੂੰ ਲੈ ਕੇ ਸੀ ਨਵੀਂ ਵੀ ਉਸ ਨੂੰ ਰੀ ਰੀਸਰਚ ਹੋਈ ਹੈ ਨਾ ਕਿ ਉਸ ਨੂੰ ਫਿਰ ਤੋਂ ਕਰਨਾ ਇਹ ਇੱਕ ਬਹੁਤ ਮੰਤਵੀਰ ਰੁਝਾਨ ਹੈ ਕਿ ਇਸ ਦੇ ਵਿੱਚ ਬਹੁਤ ਮੰਨ ਤਵੇਗਾ ਕਿ ਬਹੁਤ ਸਾਰੇ ਇਸ ਦੇ ਵਿੱਚ ਮੈਥਡਸ ਜਿਸ ਨੂੰ ਅਸੀਂ ਕਹਿ ਦਿੰਦੇ ਆ ਉਹ ਆ ਜਾਂਦੇ ਨੇ ਇਹ ਤੱਥਮੂਲਕ ਵੀ ਹੋ ਸਦਾ ਹੈ ਤੇ ਸੱਚਮੂਲਕ ਵੀ ਹੋ ਸਦਾ ਹੈ ਕਿ ਇਹ ਜਾਂ ਫਿਰ ਥਿਉਰੀ ਬੇਸ ਹੁੰਦਾ ਹੈ ਪਤਾ ਹੈ ਨਾ ਥਿਉਰੀ ਬੇਸ ਜਿਹੜੇ ਹੋ ਜਾਂਦੇ ਆ ਜਾਂ ਫਿਰ ਇਸ ਸੱਚਾਈ ਨੂੰ ਸਾਹਮਣੇ ਲੈ ਕੇ ਜਾਂਦਾ ਇੱਕੰਨੇ ਨਾ ਅਸੀਂ ਡਾਇਰੈਕਟਿਵ ਇਨਡਾਇਰੈਕਟਿਵ ਇਹ ਹੋ ਜਾਂਦਾ ਹੈਗਾ ਵਾ ਇਹ ਸਮੱਸਿਆਮੂਲਕ ਵਿਸ਼ਿਆਂ ਦੇ ਹੱਲ ਦਾ ਰੁਝਾਨ ਹੁੰਦੀ ਹੈ ਕਿ ਜਿਹੜੀ ਸਮੱਸਿਆ ਇਸ ਦੇ ਵਿੱਚ ਦਿੱਤੀਆਂ ਜਾਂਦੀਆਂ ਖੋਜ ਦੇ ਥਰੂ ਅਸੀਂ ਉਸ ਨੂੰ ਹੱਲ ਕਰਦੇ ਆ ਖੋਜ ਦੇ ਹਰ ਵਿਸ਼ੇ ਨੇ ਕਿਸੇ ਵਿਸ਼ੇਸ਼ ਪ੍ਰਸੰਗਤਾ ਵੱਲ ਵਧਣਾ ਹੁੰਦਾ ਹੈ ਇਹ ਇੱਕ ਬਹੁਦਿਸ਼ਾਵੀ ਤੇ ਬਹੁਤ ਖੁੱਲਾ ਸੰਸਾਰ ਹੈ ਇਸ ਵਿੱਚ ਹਰੇਕ ਖੋਜार्थी ਦੀ ਆਪਣੀ ਯੋਗਤਾ ਮੁਤਾਬਕ ਆਪਣੇ ਵਿਸ਼ੇ ਖੇਤਰ ਆਪਣੀ ਕਮਾਈ ਹੁੰਦੀ ਹੈ ਇਹ ਕਮਾਈ ਜ਼ਰੂਰ ਹੀ ਕਿਸੇ ਸਮਾਜਿਕ ਸੰਗ ਸੰਦਰਭ ਤੋਂ ਉਦੇਸ਼ ਮਤਵ ਨਾਲ ਜੁੜੀ ਹੁੰਦੀ ਹੈ ਕਿ ਹਰ ਇੱਕ ਪਰਸਨ ਦਾ ਖੋਜ ਕਰਨ ਦਾ ਕੀ ਹੁੰਦਾ ਹੈ ਕਿ ਉਹ ਆਪਣੀ ਯੋਗਤਾ ਮੁਤਾਬਕ ਕੁਝ ਇਹੋ ਜਿਹੀ ਚੀਜ਼ਾਂ ਲੱਭੇ ਜੋ ਫਿਊਚਰ ਦੇ ਵਿੱਚ ਸੋਸਾਇਟੀ ਦੇ ਵਾਸਤੇ ਇੱਕ ਲਾਭਕਾਰੀ ਹੋਣ ਠੀਕ ਹੈ ਉਸ ਦੀ ਕਮਾਈ ਦੱਸੀ ਹੈ ਕਿ ਕਿਸੇ ਵਿਸ਼ੇ ਜਾਂ ਖੇਤਰ ਦੇ ਵਿੱਚ ਜਿਹੜੀ ਖੋਜ ਹੁੰਦੀ ਹੈ ਉਸ ਦੀ ਆਪਣੀ ਮਿਹਨਤ ਦੀ ਹੁੰਦੀ ਹੈ ਕਿੰਨਾ ਟਾਈਮ ਲਗਾ ਕੇ ਉਹ ਇਸ ਚੀਜ਼ ਨੂੰ ਕਰਦਾ ਹੈ ਹੁਣ ਇਹ ਖੋਜ ਤੇ ਆਲੋਚਨਾ ਦੇ ਵਿੱਚ ਅੰਤਰ ਕੀ ਹੈਗਾ ਖੋਜ ਤੇ ਆਲੋਚਨਾ ਦੋਵੇਂ ਰਚਨਾਤਮਕ ਕਾਰਜ ਹਨ ਇਹਨਾਂ ਵਿੱਚ ਸਹਿਜ ਨਿਖੇੜਾ ਤਾਂ ਹੈ ਪਰ ਵਿਸ਼ੇਸ਼ ਨਿਖੇੜਾ ਮੁਸ਼ਕਲ ਹੈ ਖੋਜ ਇੱਕ ਮੂਡਲਾ ਵਰਤਾਰਾ ਹੈ ਤੇ ਆਲੋਚਨਾ ਇੱਕ ਤਰ੍ਹਾਂ ਨਾਲ ਹੈ ਕਿਸੇ ਵਰਤਾਰੇ ਨੂੰ ਸਮਝਣ ਸਵਾਰਨ ਤੇ ਸ਼ਿੰਗਾਰਨ ਵਾਲੀ ਨੀਜ਼ ਹੈ ਕੋਚ ਕੀ ਹੁੰਦਾ ਵਾ ਮੁੱਢਲਾ ਵਰਤਾਰਾ ਹੁੰਦਾ ਕਿ ਅਸੀਂ ਕੁਝ ਲੱਭਣਾ ਹੈ ਹੁਣ ਆਲੋਚਨਾ ਕੀ ਹੁੰਦੀ ਹੈ ਕਿ ਪਹਿਲੋ ਤਾਂ ਜਿਹੜਾ ਕੰਮ ਹੁੰਦਾ ਉਸ ਨੂੰ ਕ੍ਰਿਟਿਸਾਈਜ਼ ਕਰਨਾ ਉਸ ਦੇ ਵਿੱਚ ਗਲਤੀਆਂ ਲੱਭਣੀਆਂ ਉਸ ਨੂੰ ਸਵਾਰਨਾ ਉਸ ਨੂੰ ਸ਼ਿੰਗਾਰਨਾ ਇਹ ਹੁੰਦੀ ਹੈ ਆਲੋਚਨਾ ਖੋਜ ਨਵੀਂ ਲੱਭਤ ਦਾ ਖੇਤਰ ਹੈ ਕਿ ਖੋਜ ਦੇ ਵਿੱਚ ਅਸੀਂ ਕੁਝ ਨਿਊ ਲੱਭਣਾ ਹੁੰਦਾ ਪਰ ਅਲੋਚਨਾ ਦੇ ਵਿੱਚ ਕੀ ਹੁੰਦਾ ਜਿਹੜੀ ਪੁਰਾਣੀ ਲੋਚਾਂ ਦਾ ਉਹਨੂੰ ਕ੍ਰਿਟੀਸਾਈਜ਼ ਕਰਨਾ ਹੁੰਦਾ ਠੀਕ ਹੈ ਕ੍ਰਿਟੀਸਾਈਜ਼ ਮਤਲਬ ਉਸ ਦੇ ਵਿੱਚ ਕੁਝ ਨੁਕਸ ਲੱਭਣੇ ਜਿਹੜੇ ਕਿ ਸਹੀ ਨਹੀਂ ਹੁੰਦੇ ਹੈਗੇ ਫਿਰ ਉਸ ਨੂੰ ਸਹੀ ਕਰਨਾ ਠੀਕ ਹੈ ਕਿਸੇ ਚੀਜ਼ ਨੂੰ ਵੇਖਣਾ ਜਾਂ ਪਰਖਣਾ ਦਾ ਇੱਕ ਵਿਦਿਅਕ ਅਨੁਸ਼ਾਸਨ ਹੈ ਕਿਸੇ ਵਿਸ਼ੇਸ਼ ਵਿਧਿਆਨ ਵਿਧੀ ਜਾਂ ਨੋਸ਼ਾ ਪ੍ਰਣਾਲੀ ਨਹੀਂ ਕਿਸੇ ਵਿਸ਼ੇ ਬਾਰੇ ਕੁਝ ਨਵਾਂ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡਾਕਟਰ ਪਿਆਰ ਸਿੰਘ ਅਨੁਸਾਰ ਅਲੋਚਨਾ ਦਾ ਮਨੋਰਥ ਕੀ ਹੈ ਤਵਾ ਸਾਹਿਤ ਰਚਨਾ ਦੀ ਚੀਰ ਫਾੜ ਕੇ ਉਸ ਦੇ ਗੁਣ ਦੋਸ਼ ਦੱਸ ਕੇ ਉਸ ਨੂੰ ਪਾਠਕ ਤੇ ਸਮਝ ਗੋਚਰਾ ਕਰਨਾ ਤੇ ਰਚਨਹਾਰ ਨੂੰ ਆਪਣੀ ਰਚਨਾ ਸੁਧਾਰਨ ਲਈ ਰਾਹ ਦਿਖਾਣਾ ਹੈਗਾ ਕਿ ਉਹ ਹੀ ਇਹਨਾਂ ਦੀ ਹੁਣ ਅਗਰ ਇਹੋ ਲਾਈਨ ਦੇਖ ਲਓ ਤੇ ਇਸ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਂਦਾ ਹੈ ਕਿ ਕੋਈ ਸਾਹਿਤ ਰਚਨਾ ਹੈ ਜਿਸ ਦੇ ਚੀਰ-ਫਾੜ ਕਰਨੇ ਆ ਮਤਲਬ ਉਸ ਦੇ ਵਿੱਚ ਉਹਨਾਂ ਨੇ ਗੁਣ ਲੱਭਣੇ ਉਸ ਦੇ દોਸ਼ ਲੱਭਣੇ ਹੈਗੇ ਆ ਫਿਰ ਅਗਰ દોਸ਼ ਹੈ ਗਿਆ ਤਾਂ ਉਸ ਨੂੰ ਸਹੀ ਦੱਸਣਾ ਹੈ ਕਿ ਪਾਠਕ ਨੂੰ ਵੀ ਅੱਗੇ ਜਾ ਕੇ ਸਮਝ ਆਵੇ ਕਿ ਉਸ ਨੇ ਕੁਝ ਗਲਤ ਪੜ੍ਹਿਆ ਹੈ ਤਾਂ ਉਸ ਨੇ ਅੱਗੇ ਆ ਕੇ ਸਹੀ ਪੜ੍ਹਣਾ ਹੈ ਠੀਕ ਹੈ ਇਸ ਤਰ੍ਹਾਂ ਅਜਿਹਾ ਕਾਰਜ ਵੀ ਨਵੀਂ ਖੋਜ ਦਾ ਹੀ ਰੂਪ ਮੰਨੇ ਜਾਣਾ ਹੁਣ ਅਗਰ ਦੇਖੋ ਅਗਰ ਆਲੋਚਨਾ ਦੇ ਵਿੱਚ ਪੁਰਾਣੀ ਕਿਸੇ ਰਚਨਾ ਲੱਭ ਕੇ ਉਸ ਦੇ ਵਿੱਚ ਉਸ ਨੂੰ ਫੇਰ ਸਹੀ ਕੀਤਾ ਜਾਂਦਾ ਹੈ ਉਸ ਨੂੰ ਕ੍ਰਿਟਿਸਾਈਜ਼ ਕਰਕੇ ਕਿਤੇ ਉਹ ਵੀ ਇੱਕ ਨਕ ਖੋਜ ਹੀ ਆ ਗਈ ਕਿ ਕਿਸੇ ਉਸ ਦੇ ਵਿੱਚ ਕੁਝ ਲੱਭ ਕੇ ਉਸ ਨੂੰ ਕੀ ਹੈਗਾ ਵਾ ਫਿਰ ਤੋਂ ਕੀਤਾ ਗਿਆ ਹੈਗਾ ਵਾ ਹਰ ਨਵੇਂ ਲਬਦ ਨੂੰ ਵੀ ਕਿਸੇ ਲੋਚਨਾਤਮਕ ਨਜ਼ਰ ਨਾਲ ਹੀ ਵੇਖਿਆ ਜਾਂਦਾ ਹੈ ਅਜੇ ਹੀ ਨਜ਼ਰ ਤਹਿਤ ਹੀ ਉਸਦੀ ਮਹੱਤਤਾ ਜਾਂ ਸਾਰਤਕਤਾ ਦਰਸਾਈ ਜਾਂਦੀ ਹੈ ਲੋਚਨਾ ਇੱਕ ਤਰ੍ਹਾਂ ਨਾਲ ਫੋਜ ਦਾ ਹੀ ਇੱਕ ਰੂਪ ਹੈ ਆਮ ਕਰਕੇ ਅਸੀਂ ਨਵੀਂ ਖੋਜ ਦਾ ਨਵੇਂ ਲੋਚਨਾਤਮਕ ਕਾਰਜ ਨੂੰ ਖੋਜ ਨਿਬੰਧ ਜਾਂ ਖੋਜ ਪ੍ਰਬੰਧ ਦਾ ਹੀ ਨਾਮ ਦਿੰਦੇ ਹਾਂ ਕਿਉਂ ਹੋਈ ਆ ਗਿਆ ਕਿ ਕਿਸੇ ਨਵੀਂ ਖੋਜ ਦਾ ਜਾਂ ਨਵੇਂ ਲੋਚਨਾਤਮਕ ਕਾਰਜ ਨੂੰ ਕੀ ਲੋਚਨਾ ਕਰਨੀ ਕਿਸੇ ਦੀ ਉਸ ਨੂੰ ਕੀ ਕਿਹਾ ਸੀ ਖੋਜ ਪ੍ਰਬੰਧਕ ਖੋਜ ਨਿਬੰਧ ਦਾ ਨਾਮ ਹੀ ਦਿੰਦੇ ਹਾਂ ਖੋਜ ਤੇ ਲੋਚਨਾ ਦੋਵੇਂ ਜਿਹੜੇ ਸ਼ਬਦ ਆਪਣੇ ਤਤਸਾਰ ਵਜੋਂ ਕਿਸੇ ਨਵੀਨਤਾ ਦੇ ਹੀ ਲਖਾਈਗੇ ਨੇ ਇਸ ਇਹਨਾਂ ਦੇ ਸ਼ਬਦੀ ਅਰਥਾਂ ਵਿੱਚ ਤਾਂ ਭਿੰਨ ਭੇਦ ਹੈ ਪਰ ਤਤਸਾਰ ਵਿੱਚ ਇਹਨਾਂ ਦੇ ਕੀ ਹੈ ਸਮਾਨਤਾ ਆ ਜਾਂਦੀ ਹੈ ਕਿ ਖੋਜ ਤੇ ਲੋਚਨਾ ਦੇ ਵਿੱਚ ਅਲੋਚਨਾ ਸੰਕਲਪ ਜਾਂ ਸੰਕਲਪਾ ਦੀ ਭਾਸ਼ਾ ਹੈ ਇਹ ਭਾਸ਼ਾ ਆਮ ਬੋਲਚਾਲ ਦੀ ਭਾਸ਼ਾ ਨਾਲੋਂ ਭਾਰੀ ਜਾਂ ਔਖੀ ਹੁੰਦੀ ਹੈ ਪਰ ਇਸ ਦਾ ਸੰਰਚਨਾਤਮਕ ਮੁਹਾਵਰਾ ਸੋਖਾ ਤੇ ਛੋਟੇ ਛੜੇ ਵਾਕਾ ਵਾਲਾ ਵੀ ਹੋ ਸਕਦਾ ਹੈ ਸਾਡੇ ਜ਼ਿਆਦਾਤਰ ਆਲੋਚਨਾ ਦੀ ਭਾਸ਼ਾ ਵਿੱਚ ਲੰਮੀ ਵਾਕ ਬੰਤਰ ਤੇ ਔਖੀ ਜੁਗਲਬੰਦੀਆਂ ਹੁਣ ਅਗਰ ਤੁਸੀਂ ਕਿਸੇ ਦੀ ਆਲੋਚਨਾ ਪੜੋਗੇ ਨਾ ਤਾਂ ਤੁਹਾਨੂੰ ਸਮਝ ਨਹੀਂ ਆਏਗੀ ਕਿ ਫਸਟ ਟਾਈਮ ਉਹ ਉਸਨੇ ਕੀ ਕਹਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਸ ਦੀ ਜਿਹੜੀ ਸ਼ਬਦਾਵਲੀ ਹੈ ਉਹ ਬਹੁਤ ਔਖੀ ਯੂਜ਼ ਕੀਤੀ ਹੈ ਅਗਰ ਜਿੰਨੇ ਵੀ ਤੁਸੀਂ ਬੁੱਕਸ ਪੜੋਗੇ ਨਾ ਆਲੋਚਨਾ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਹੈਵੀ ਵਰਡਸ ਚੂਜ਼ ਕੀਤੇ ਨੇ ਜਿਸ ਨੂੰ ਇੱਕ ਟਾਈਮ ਅਸੀਂ ਸਮਝ ਨਹੀਂ ਸਕਦੇ ਹੈ ਕਿ ਕੋਈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਫਿਰ ਕਿਸੇ ਨੂੰ ਸਮਝਾਏਗਾ ਫਿਰ ਹੀ ਉਸ ਨੂੰ ਸਮਝ ਆਏਗੀ ਜ਼ਿਆਦਾਤਰ ਕੀ ਹੁੰਦੀ ਆ ਉਸ ਦੇ ਵਿੱਚ ਲੰਮੀ ਵਾਕ ਰਚਨਾ ਹੁੰਦੀ ਤੇ ਔਖੀ ਜੁਗਲਬੰਦੀ ਕਿ ਇੱਕ ਦੂਸਰੇ ਨਾਲ ਮੈਚ ਕਿਤਰਾ ਕੀਤੇ ਹੋਏ ਇੱਕ ਦੂਸਰੇ ਦੀਆਂ ਲਾਈਨਾਂ ਨੂੰ ਉਹ ਔਖਾ ਹੁੰਦਾ ਸਮਝਣਾ ਆਲੋਚਕ ਜਾਂ ਖੋਜੀ ਦੀ ਭਾਸ਼ਾ ਅੱਗੇ ਹੋਰ ਸੰਦਰਭ ਨਾਵਾਂ ਨੂੰ ਸਮੋਹ ਲੈਣ ਵਾਲੀ ਲਟਕੀਲੀ ਪਹੁੰਚ ਵਾਲੀ ਹੋਣੀ ਚਾਹੀਦੀ ਹੈ ਸਮਾਜਵਾਦ ਹੋਇਆ ਲੋਚਨਾ ਵੀ ਇੱਕ ਗਤੀਸ਼ੀਲ ਵਰਤਾਰਾ ਹੈ ਪ੍ਰੋਫੈਸਰ ਮੋਹਨ ਸਿੰਘ ਨੇ ਵੀ ਦੇਹਵਾਦ ਜੁੜੀ ਕੀ ਗਈ ਆ ਜੀਵਨ ਸਾਨੂੰ ਸਦਾ ਖੋਜ ਵਿੱਚ ਰਹੀਏ ਰਾਹੀ ਕੋਈ ਦੀ ਨਿਰੰਤਰਤਾ ਨੂੰ ਦ੍ਰਿੜ ਕੀਤਾ ਹੈ ਕਿ ਕੋਈ ਦਾ ਬਤਾਰਾ ਅੱਗੇ ਤੇ ਅੱਗੇ ਸਮਾਜ ਇਤਿਹਾਸ ਦੀ ਚਾਲ ਮੁਤਾਬਕ ਚੱਲਦਾ ਰਹਿੰਦਾ ਹੈ ਕਿ ਕੁਝ ਨਾ ਕੁਝ ਅੱਗੇ ਅਸੀਂ ਲੱਭਣਾ ਜ਼ਰੂਰ ਹੈ ਇੱਕ ਨਹੀਂ ਕਿ ਰੁਕ ਜਾਣਾ ਹੁਣ ਅਸੀਂ ਕੁਝ ਅੱਜ ਰਜਿਆ ਕੱਲ ਨੂੰ ਅੱਗੇ ਜਾ ਕੇ ਕੋਈ ਹੋਰ ਸਾਡੇ ਵੱਲੋਂ ਉਸ ਨੂੰ ਕ੍ਰਿਟਿਸਾਈਜ਼ ਕਰੇਗਾ ਉਸ ਦੇ ਵਿੱਚ ਕੁਝ ਅਗਰ ਪੁਆਇੰਟ ਮਿਸਿੰਗ ਹੋਣਗੇ ਉਸ ਨੂੰ ਫੇਰ ਲੱਭੇਗਾ ਸੋ ਇਹ ਕਿ ਅੱਗੇ ਗਤੀਸ਼ੀਲ ਵਰਤਾਰਾ ਹੈ ਹਰੋ ਲੋਚਨਾ ਦ੍ਰਿਸ਼ਟੀ ਸਮਾਜ ਦੇ ਵਿਚਾਰtrait ਅਮਲ ਦੇ ਪਟਾਵ ਜੋ ਇਹ ਸਾਹਮਣੇ ਹੁੰਦੀ ਹੈ ਸਮਾਜ ਵਿੱਚ ਇੱਕੋ ਵੇਲੇ ਵੱਖ-ਵੱਖਰੇ ਜਾਂ ਇੱਕ ਦੂਜੇ ਦੇ ਸਮਾਨਾਂਤਰ ਕਈ ਵਿਚਾਰtrait ਬਸੰ ਚਲਦੇ ਰਹਿੰਦੇ ਹਨ ਜੋ ਲੋਚਨਾ ਜਾਂ ਖੋਜ ਦੇ ਵਿੱਚ ਵੰਸਵੰਤਾ ਦਾ ਆਧਾਰ ਬੰਦੇ ਹਨ ਅਲਜਨਨ ਦਾ ਖੇਤਰ ਜ ਗਿਆਸਾ ਦੇ ਨਵੇਂ ਪੇੜ ਨਵੇਂ ਗਿਆਨ ਦਾ ਪੇ ਹੈ ਨਵੇਂ ਲੋਚਕ ਅੱਗੇ ਨਵੇਂ ਅਥਾ ਦੀ ਖੋਜ ਆਪਾਂ ਵਿੱਚ ਲੱਗੇ ਰਹਿੰਦੇ ਹਾਂ ਇਹ ਨਿਰੰਤਰ ਬਤਾਲਾ ਉਹ ਹੀ ਉਹਨਾਂ ਨੇ ਕਿਹਾ ਹੈ ਕਿ ਜੋ ਅਸੀਂ ਸਮਾਜ ਚ ਚੁੰਦਾ ਹੈ ਅਸੀਂ ਉਸ ਨੂੰ ਲੱਭਦੇ ਹਾਂ ਖੋਜ ਕਰਦੇ ਹਾਂ ਸੋ ਇਹ ਕੀ ਗੱਲ ਵਾ ਟਾਈਮ ਟੂ ਟਾਈਮ ਅਗਰ ਚੇਂਜ ਹੁੰਦੇ ਜਾਂਦਾ ਹੈ ਤਾਂ ਸਾਡਾ ਅਲੋchna ਵੀ ਚਲਦੀ ਰਹਿੰਦੀ ਹੈ ਤੇ ਖੋਜ ਵੀ ਚਲਦੀ ਰਹਿੰਦੀ ਹੈ ਕਿਉਂਕਿ ਕੁਝ ਨਾ ਕੁਝ ਨਵਾਂ ਲੱਭ ਕੇ ਅਸੀਂ ਦੇਣਾ ਹੁੰਦਾ ਹੈ ਉਹ ਹੀ ਆਗੀ ਅਨੇ ਹਰ ਅਲੋਚਨਾ ਕਰਨ ਨੂੰ ਚਲਦੇ ਰਹਿਣ ਵਿੱਚ ਹੀ ਇੱਕ ਨਕਸ਼ਵਜੋ ਪੇਚ ਕੀਤਾ ਹੈ ਤੇ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਇਹ ਅਲੋਚਨਾ ਕਾਰਜ ਨੂੰ ਵੀ ਚਲਦੇ ਹੀ ਰਹਿਣਾ ਚਾਹੀਦਾ ਹੈਗਾ ਹਰ ਅਲੋਚਕ ਨੂੰ ਆਪਣੀ ਲੋਚਨਾ ਜਾਂ ਖੋਜ ਦੇ ਖੇਤਰ ਤੇ ਇਤਿਹਾਸ ਦੀ ਸਮਝ ਹੋਣੀ ਚਾਹੀਦੀ ਹੈ ਕਿ ਹਿਸਟਰੀ ਬਾਰੇ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਕਿਉਂਕਿ ਹਰ ਨਵੀਨਤਾ ਦਾ ਆਪਣੀ ਪਰੰਪਰਾ ਨਾਲ ਰਿਸ਼ਤਾ ਨਾਲ ਕਿ ਅਗਰ ਉਹ ਕੁਝ ਪੁਰਾਣੀ ਰਚਨਾ ਨੂੰ ਆਲੋਚਨਾ ਦੇ ਖੇਤਰ ਵਿੱਚ ਲੈ ਕੇ ਆ ਰਿਹਾ ਹੈ ਤਾਂ ਉਸ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਉਹ ਕੀ ਕ੍ਰਿਟੀਸਾਈਜ਼ ਕਰਦਾ ਹੈ ਉਸ ਦਾ ਇਤਿਹਾਸ ਕੀ ਹੈਗਾ ਉਸੇ ਤਰ੍ਹਾਂ ਅਗਰ ਖੋਜ ਕਰ ਰਿਹਾ ਹੈ ਦਾਵਾ ਕੁਝ ਉਸ ਦੇ ਵਿੱਚ ਰਿਸਰਚ ਕਰ ਰਿਹਾ ਹੈ ਦਾਵਾ ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਪਹਿਲੇ ਕੀ ਕੀਤੀ ਜਾ ਚੁੱਕੀ ਹੈ ਸਰਚ ਤੇ ਉਸ ਨੂੰ ਅੱਗੇ ਕਿਸ ਤਰ੍ਹਾਂ ਉਹਨੇ ਹੈਂਡਲ ਕਰਨਾ ਹੈ ਠੀਕ ਹੈ ਡਾਕਟਰ ਕੇਸਸਿੰਗ ਕੇਸਨ ਅਨੁਸਾਰ ਕੋਈ ਵੀ ਅਧਿਆਪਕ ਆਲੋਚਨਾ ਤੇ ਖੋਜੀ ਆਪਣੀ ਖੋਜ ਨੂੰ ਮਨੁੱਖ ਦੀਆਂ ਅਤੀਤ ਕਾਲੀਨ ਪ੍ਰਾਪਤੀਆਂ ਦੇ ਪ੍ਰਸੰਗ ਵਿੱਚ ਹੀ ਅੱਗੇ ਤੋਰਦਾ ਹੈ ਉਸ ਤੋਂ ਬਾਅਦ ਹੈਗਾ ਕਿਸੇ ਨਵੇਂ ਲੋਚਰ ਜਾਂ ਖੋਜੀ ਨੂੰ ਆਲੋਚਨਾ ਜਾਂ ਖੋਜ ਦੇ ਸਿਧਾਂਤ ਦੀ ਸਮਝ ਹੋਣੀ ਚਾਹੀਦੀ ਹੈ ਔਫਕੋਸ ਕੋ ਜਾਤੀ ਨੂੰ ਆਪਣੇ ਵਿਸ਼ੇ ਦੀ ਇਤਿਹਾਸਕ ਸਿਧਾਂਤਕ ਤੇ ਪ੍ਰਕਾਰ ਦੀ ਜਾਣਕਾਰੀ ਹੋਣੀ ਚਾਹੀਦੀ ਉਸ ਤੋਂ ਬਿਨਾ ਉਹ ਨਹੀਂ ਕਰ ਸਕਦਾ ਇਹ ਸਭ ਪਹਿਲੂ ਇੱਕ ਦੂਜੇ ਦੇ ਪੂਰਕ ਹਨ ਵਿਰੋਧੀ ਨਹੀਂ ਅਗਰ ਉਸ ਨੂੰ ਪਤਾ ਨਹੀਂ ਹੋਏਗਾ ਤਾਂ ਉਸ ਤੋਂ ਕੋਈ ਜਾਣੋਛਾ ਉਹ ਕਰ ਹੀ ਨਹੀਂ ਸਕੇਗਾ ਰੈਨੇ ਵਾਲਕ ਤੇ ਆਸਟਿਨ ਵਾਰਨ ਦਾ ਸਾਹਿਤ ਦੇ ਪਰਸੰਗ ਵਿੱਚ ਕਥਨ ਹੈ ਕਿ ਬਿਨਾ ਲੋਚਨਾ ਤੇ ਸਾਹਿਤ ਇਤਿਹਾਸ ਦੇ ਸਾਹਿਤ ਸਿਧਾਂਤ ਦੀ ਜਾਂ ਬਿਨਾ ਸਾਹਿਤ ਸਿਧਾਂਤ ਤੋਂ ਅਲੋਚਨਾ ਦੇ ਸਾਹਿਤ ਇਤਿਹਾਸ ਦੀ ਜਾਂ ਬਿਨਾ ਸਾਹਿਤ ਇਤਿਹਾਸ ਅਤੇ ਸਾਹਿਤ ਸਿਧਾਂਤ ਦੇ ਲੋਚਨਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੋ ਉਹਨਾਂ ਨੇ ਸਾਹਿਤ ਇਤਿਹਾਸ ਤੇ ਅਲੋਚਨਾ ਤੇ ਇਹਨਾਂ ਸਾਰਿਆਂ ਨੂੰ ਕਿਹਾ ਹੈ ਵਾ ਇੱਕ ਦੂਸਰੇ ਦੇ ਨਾਲ ਸੰਬੰਧਿਤ ਦੱਸਿਆ ਹੈ ਕਿ ਕੋਈ ਵੀ ਕਿਸੇ ਤੋਂ ਬਿਨਾ ਅੱਗੇ ਨਹੀਂ ਜਾ ਸਕਦਾ ਸੋ ਏ ਸੀ ਅੱਜ ਦਾ ਟੌਪਿਕ ਬਾਕੀ ਜਿਹੜਾ ਹੋਣਗੇ ਨੈਕਸਟ ਦੇ ਵਿੱਚ ਤੁਸੀਂ ਵੀਡੀਓ ਜ਼ਰੂਰ ਦੇਖੋ ਥੈਂਕ ਯੂ